रुचि यार वृंदावन जाने को बड़ा दिल कर रहा है। अभी तो आप यात्रा पे जाके आए हो। तो फिर क्या हो गया यार, मन बहुत कर रहा है। देख रहे ना आपको वृंदावन में कहा। फिर अपने दोस्तों को जाके पूछ लो। किसको पूछो? लक्की को पूछ लो, मान को पूछ लो, उमेश भैया को पूछ लो, जिसको मर्जी पूछ लो। पूछता हूँ, देखता हूँ। लक्की यार चलिए वृंदावन। मैं तो नहीं जाना तुझसे। मान चलिए वृंदावन आप। नहीं भाई मैं तो नहीं जाना तुझसे। चलाएगा ठाकुर जी का बरसाने बुलावा है। ਤੁਸੀਂ ਤਿਆਰੀ ਕਰਨੀ ਹੈ, ਜਾਣਾ ਮਤਲਬ ਜਾਣਾ ਹੀ ਜਾਣਾ ਹੈ। ਦੋ ਸੀਟਾਂ ਤੁਹਾਡੀ, ਜਦੋਂ ਤੁਸੀਂ ਗੱਡੀ ਚ ਬਹੋ ਗਏ ਅਸੀਂ ਬੱਸ ਉਹਦੇ ਚਲਾਣੀ ਹੈ। ਤਿਆਰੀ ਕਰ ਲਓ, ਰਾਧੇ ਰਾਧੇ ਦਾ ਨਾਮ ਲਓ ਤੇ ਉਹਨੇ ਕਰੋ ਤਿਆਰੀ। ਰਾਧੇ ਰਾਧੇ, ਠੀਕ ਹੈ ਮੈਂ ਤੁਹਾਡਾ ਫੋਨ ਆਉਣਾ ਕੀਤਾ ਵੀ ਪੱਕੇ ਤਿਆਰੀ ਹੋ ਗਈ। ਰਾਧੇ 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 ਰਾਧੇ। ਫੋਨ ਆਇਆ ਪੱਕੇ ਨਾਰੰਗ ਦਾ, ਕਹਿੰਦਾ ਤਿਆਰੀ ਕਰ ਲੈ ਉੱਥੇ ਵਰਿੰਦਾਵਨ ਜਾਣ ਦੀ। ਚਲੀਏ ਵਰਿੰਦਾਵਨ? ਦੋ ਸੀਟਾਂ ਉਹ ਕਹਿ ਰਿਹਾ, ਕਹਿੰਦਾ ਬੁੱਕ ਕਰਤੀ ਹੈ ਮੈਡਮ। ਅਕੇਲੇ ਕੈਸੇ ਜਾਏਗੀ? ਵ੍ਰਿੰਦਾਵਨ ਦੇ ਅਜਬ ਨਜ਼ਾਰੇ ਪਾਵਾਂਗੇ, ਵ੍ਰਿੰਦਾਵਨ ਦੇ ਅਜਬ ਨਜ਼ਾਰੇ ਪਾਵਾਂਗੇ, ਕੋਈ ਜਾਵੇ ਵ੍ਰਿੰਦਾਵਨ ਧਾਮ ਦੂਜੀ ਬੱਸ ਯਾਤਰਾ ਜਿਹੜੇ ਕਿ ਫਾਜ਼ਿਲਕਾ ਦੇ ਸਾਰੇ ਤਖ਼ਤਾਂ ਨੂੰ ਲੈ ਕੇ ਸ੍ਰੀ ਵ੍ਰਿੰਦਾਵਨ ਧਾਮ, ਬਰਸਾਨਾ ਧਾਮ, ਗੋਕੁਲ ਧਾਮ, ਨੰਦਗਾਂਵ ਜਾ ਰਹੇ ਹਨ। ਪੰਕਜ ਨਾਰੰਗ ਜੀ ਜਿਹੜੇ ਨੇ ਉਹ ਬੱਸ ਲੈ ਕੇ ਜਾ ਰਹੇ ਆ। ਬੜੀ ਵਧੀਆ ਇਹਨਾਂ ਦੀ ਇੱਕ ਜਿਹੜੀ ਇਹਨਾਂ ਵੱਲੋਂ ਕੰਮ ਕੀਤਾ ਗਿਆ ਸਿੱਧੀ ਵਿਨਾਇਕ ਵੈਲਫੇਅਰ ਸੁਸਾਇਟੀ ਦੇ ਨਾਲ। ਅੱਜ ਮੈਂ ਵੀ ਚੱਲਿਆ ਜੀ ਅਤੇ ਮੈਂ ਵੀ ਜਿਹੜਾ ਵ੍ਰਿੰਦਾਵਨ ਧਾਮ ਦਾ ਦਰਸ਼ਨ ਕਰਾਂਗਾ, ਪਹਿਲੀ ਵਾਰ ਮੈਂ ਜਾ ਰਿਹਾ। ਅੱਜ ਜੀ ਅਸੀਂ ਵ੍ਰਿੰਦਾਵਨ ਨੂੰ ਬੱਸ ਲੈ ਕੇ ਜਾ ਰਹੇ ਹਾਂ। ਇੱਥੇ ਵ੍ਰਿੰਦਾਵਨ, ਮਥੁਰਾ, ਨੰਦਗਾਂ, ਬਰਸਾਨੇ ਸਾਰੀ ਜਗ੍ਹਾ ਹੁੰਦੀ ਹੈ ਬੱਸ, ਕਦੇ ਰਾਤ ਨੂੰ ਵਾਪਿਸ ਆਏਗੀ। ਅਸੀਂ ਜਾ ਤਾਂ ਨਹੀਂ ਰਹੇ ਪਰ ਸਾਡਾ ਸਾਰੇ ਦੋਸਤ, ਸਾਡੇ ਸਾਰੇ ਯਾਰ ਲਈ ਜਾ ਰਹੇ ਨੇ। ਸਾਰਿਆਂ ਨੂੰ ਰਾਧੇ 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 ਰਾਧੇ। ਚੈਕਿੰਗ ਹੋ ਗਈ ਜੀ? ਨਹੀਂ ਹੋ ਗਈ। ਸਾਰੇ ਸਹੀ ਸੀਟਾਂ ਤੇ ਬੈਠੇ? ਨਹੀਂ, ਉਹ ਗਲਤ ਬੈਠੇ, ਤੁਹਾਨੂੰ ਪਤਾ ਹੀ ਹੈ। ਤਾਂ ਹੋ ਨਹੀਂ ਰਹੇ ਸਹੀ? ਹੋ ਗਏ ਅੱਧੋ ਹੋਏ। ਹਾਂਜੀ ਹਾਂਜੀ, ਰਾਧੇ ਰਾਧੇ ਜੀ ਜਾ ਰਹੇ ਹਾਂ, ਪਹਿਲਾਂ ਨਹੀਂ ਜਾ ਰਹੇ, ਪਹਿਲੀ ਜਾ ਰਹੇ ਹਾਂ। ਜੈ ਜੈ ਸ਼੍ਰੀ ਰਾਧੇ। ਤਾਂ ਬਸ ਜਿਹੜੀ ਹੈ ਰਵਾਨਗੀ ਦੇ ਲਈ ਪੂਰੀ ਤਿਆਰ ਹੈ। ਵ੍ਰਿੰਦਾਵਨ ਦੇ ਅਜਬ ਨਜ਼ਾਰੇ ਪਾਵਾਂਗੇ, ਵ੍ਰਿੰਦਾਵਨ ਦੇ ਅਜਬ ਨਜ਼ਾਰੇ ਪਾਵਾਂਗੇ, ਵ੍ਰਿੰਦਾਵਨ ਦੇ ਅਜਬ ਨਜ਼ਾਰੇ ਪਾਵਾਂਗੇ, ਕੋਈ ਜਾਵੇ ਨਾ ਜਾਵੇ ਆਪਾਂ ਜਾਵਾਂਗੇ, ਕੋਈ ਜਾਵੇ ਨਾ ਜਾਵੇ ਆਪਾਂ ਜਾਵਾਂਗੇ, ਕੋਈ ਜਾਵੇ ਨਾ ਜਾਵੇ ਆਪਾਂ ਜਾਵਾਂਗੇ। ਵ੍ਰਿੰਦਾਵਨ ਵਿੱਚ ਯਮੁਨਾ ਪਿਆਰੀ,
ਸ਼ਾਮ ਨੂੰ ਲੱਗਣ ਪਿਆਰੀਆਂ ਵ੍ਰਿੰਦਾਵਨ ਵਿੱਚ ਮੇਰੇ ਸ਼ਾਮ ਨੂੰ ਲੱਗਣ ਪਿਆਰੀਆਂ ਅਸੀਂ ਵੀ ਉੱਥੇ ਜਾ ਕੇ ਗੁੰਮਾਂ ਚਰਾਵਾਂਗੇ ਕੋਈ ਜਾਵੇ ਨਾ ਜਾਵੇ ਆਪਾਂ ਜਾਵਾਂਗੇ ਮੇਰੇ ਸ਼ਾਮ ਨਾਲ ਖੇਡੇ ਹੋਲੀ ਵ੍ਰਿੰਦਾਵਨ ਵਿੱਚ ਮੇਰੇ ਸ਼ਾਮ ਨਾਲ ਅਸੀਂ ਵੀ ਉੱਥੇ ਜਾ ਕੇ ਭੰਗੜੇ ਪਾਵਾਂਗੇ ਕੋਈ ਜਾਵੇ ਨਾ ਜਾਵੇ ਆਪਾਂ ਸ਼ਾਮ ਨਾਲ ਸੱਜਦੀ ਪਿਆਰੀ ਵ੍ਰਿੰਦਾਵਨ ਵਿੱਚ ਮੇਰੇ ਸ਼ਾਮ ਨਾਲ ਅਸੀਂ ਵੀ ਰਾਧੇ 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 ਗਾਵਾਂਗੇ ਵ੍ਰਿੰਦਾਵਨ ਵਿੱਚ ਜਾ ਕੇ ਭੰਗੜੇ ਪਾਵਾਂਗੇ ਚਰਨੀ ਅਰਦਾਸਾਂ ਸਭ ਦੀਆਂ ਪੂਰਨ ਹੋ ਜਾਣ ਆਸਾਂ ਕਰਦਾ ਬਿਨੇ ਚਰਨੀ ਅਰਦਾਸਾਂ ਸਭ ਦੀਆਂ ਪੂਰਨ ਹੋ ਜਾਣ ਆਸਾਂ ਅਸੀਂ ਵੀ ਉੱਥੇ ਜਾ ਕੇ ਦਰਸ਼ਨ ਪਾਵਾਂਗੇ ਕੋਈ ਜਾਵੇ ਨਾ ਜਾਵੇ ਆਪਾਂ ਜਾਵਾਂਗੇ ਤਾਂ ਤੁਸੀਂ ਦੇਖਿਆ ਕਿਸ ਤਰ੍ਹਾਂ ਦੇ ਨਾਲ ਵ੍ਰਿੰਦਾਵਨ ਧਾਮ ਦੇ ਵਿੱਚ ਆਨੰਦ ਹੀ ਆਨੰਦ ਵਰਸਦਾ। ਜੋ ਵੀ ਵਿਅਕਤੀ ਵ੍ਰਿੰਦਾਵਨ ਧਾਮ ਦੇ ਵਿੱਚ ਜਾਂਦਾ ਹੈ ਉਹ ਉੱਥੋਂ ਦਾ ਹੀ ਹੋ ਕੇ ਰਹਿ ਜਾਂਦਾ ਹੈ, ਉੱਥੇ ਇੰਨਾ ਆਨੰਦ ਦੀ ਵਰਖਾ ਹੁੰਦੀ ਹੈ। ਰਾਧਾ 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 ਸ਼੍ਰੀ ਰਾਧਾ।
ਸ਼੍ਰੀ ਰਾਧਾ ਰਾਧਾ 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 ਰਾਧੇ ਰਾਧੇ ਦੇ ਨਾਮ ਦੀ ਜਿਹੜੀ ਗੂੰਜ ਹੈ ਉਹ ਸਾਡੇ ਕੰਨਾਂ ਦੇ ਵਿੱਚ ਅੱਜ ਵੀ ਆਵਾਜ਼ ਆ ਰਹੀ ਹੈ ਤੇ ਇਹ ਆਵਾਜ਼ ਹਮੇਸ਼ਾ ਬਰਕਰਾਰ ਰਹਿਣੀ ਚਾਹੀਦੀ ਹੈ। ਤਾਂ ਤੁਸੀਂ ਵੀ ਆਪਣੇ ਜੀਵਨ ਦੇ ਵਿੱਚ ਇੱਕ ਵਾਰ ਜ਼ਰੂਰ ਵਰਿੰਦਾਵਨ ਜਾ ਕੇ ਉਸ ਧਾਮ ਦੇ ਦਰਸ਼ਨ ਜ਼ਰੂਰ ਕਰੋ ਤੇ ਰਾਧਾ ਰਾਣੀ ਅਤੇ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਰੰਗ ਦੇ ਵਿੱਚ ਜ਼ਰੂਰ ਰੰਗੋ। ਤਾਂ ਇਸੇ ਤਰ੍ਹਾਂ ਨਵੇਂ ਨਵੇਂ ਅਪਡੇਟ ਦੇ ਨਾਲ ਤੁਹਾਡੇ ਰੂਬਰੂ ਹੁੰਦੇ ਰਹਾਂਗੇ। ਆਰ ਬੀ ਲਾਈਵ ਮੀਡੀਆ ਤੁਹਾਡਾ ਆਪਣਾ ਚੈਨਲ।